ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਬਾਲਾ ਸੰਧੂ ਸ਼ਿਵਪੁਰੀ ਦੇ ਦਰਸ਼ਨ ਕਰਨ ਤੋਂ ਉਪਰੰਤ ਹੁਣ ਅਸੀਂ ਚਾਲੇ ਪਾ ਚੁੱਕੇ ਹੈਗੇ ਹਾਂ ਗਵਾਲੀਅਰ ਜਾਣ ਵਾਸਤੇ। ਗਵਾਲੀਅਰ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸਥਾਨ ਹੈ ਉਹ ਇੱਕ ਗੁਰਦੁਆਰਾ ਹੈ ਜਿਹਨੂੰ ਗੁਰਦੁਆਰਾ ਫੂਲਬਾਗ ਆਖਿਆ ਜਾਂਦਾ ਹੈਗਾ। ਅਤੇ ਪਹਿਲੇ ਅਸੀਂ ਉਸ ਗੁਰਦੁਆਰਾ ਸਾਹਿਬ ਦੇ ਆਪ ਨੂੰ ਦਰਸ਼ਨ ਕਰਾਵਾਂਗੇ, ਉਪਰੰਤ ਉੱਥੇ ਬੰਦੀ ਛੋੜ ਗੁਰਦੁਆਰਾ ਹੈ ਇੱਕ ਬਹੁਤ ਹੀ ਫੇਮਸ, ਉਹ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ। ਅਤੇ ਆਓ ਤੁਸੀਂ ਸਾਡੇ ਨਾਲ ਚਲੋ ਗਵਾਲੀਅਰ ਗੁਰਦੁਆਰਾ ਫੂਲਬਾਗ ਦੇਖਣ ਵਾਸਤੇ। ਕਦੀ ਕਦੀ ਗੁਰੂ ਤੁਹਾਨੂੰ ਸੇਵਾ ਦੇ ਮੌਕੇ ਆਪਣੇ ਆਪ ਦਿੰਦਾ ਹੈਗਾ, ਹੋ ਸਕਦਾ ਹੈ ਸ਼ਾਇਦ ਤੁਸੀਂ ਦਾ ਅਸੀਂ ਕਰਜ਼ ਉਤਾਰਨਾ ਹੋਵੇ। ਅਸੀਂ ਰਸਤੇ ਵਿੱਚ ਜਾ ਰਹੇ ਸੀਗੇ ਸ਼ਿਵਪੁਰੀ ਤੋਂ ਗਵਾਲੀਅਰ, ਅਤੇ ਅਸੀਂ ਵੇਖਿਆ ਕਿ ਗੱਡੀ ਜਿਹਦੇ ਵਿੱਚ ਫੈਮਿਲੀ ਬੈਠੀ ਸੀਗੀ ਉਹ ਰੁਕੀ ਹੋਈ ਹੈਗੀ। ਅਸੀਂ ਪੁੱਛਿਆ ਕਿ ਕੋਈ ਹੈਲਪ ਦੀ ਲੋੜ ਹੈਗੀ, ਦੇਖਿਆ ਕਿ ਉਹਨਾਂ ਦਾ ਚੈਂਬਰ ਜਿਹੜਾ ਹੈਗਾ ਉਹ ਫਟ ਚੁੱਕਿਆ ਸੀ, ਆਇਲ ਸਾਰਾ ਬਾਹਰ ਆ ਰਿਹਾ ਸੀਗਾ। ਸੜਕ ਇਸ ਰਸਤੇ 'ਤੇ ਥੋੜ੍ਹੀ ਥੋੜ੍ਹੀ ਖਰਾਬ ਹੈ, ਇਸ ਕਰਕੇ ਉਹਨਾਂ ਦੀ ਗੱਡੀ ਲੋਡਿਡ ਵੀ ਸੀ, ਕਾਫੀ ਸਾਰੇ ਬੰਦੇ ਬੈਠੇ ਸੀ, ਅਤੇ ਉਹ ਛੋਟੀ ਗੱਡੀ ਸੀ, ਟੱਚ ਹੋਈ, ਚੈਂਬਰ ਟੁੱਟ ਗਿਆ। ਮੈਨੂੰ ਰਹਿ ਰਿਹਾ ਕਿ ਉਹ ਟਾਈਮ ਯਾਦ ਆਉਂਦਾ ਹੈ ਜਿਸ ਵਕਤ ਅਸੀਂ ਨੌਰਥ ਈਸਟ ਸਟੇਟ ਸਾਰੇ ਕਰ ਰਹੇ ਸੀਗੇ, ਮਜੂਕਾ ਅਤੇ ਤਮਾਂਗ, ਉਹ ਏਰੀਏ ਜਿੱਥੇ 200-150 ਕਿਲੋਮੀਟਰ ਤੱਕ ਕੋਈ ਸੜਕ ਨਹੀਂ ਸੀਗੀ, ਇੰਨੇ ਵੱਡੇ ਵੱਡੇ ਪੱਥਰ ਸੀਗੇ, ਅਤੇ ਸਾਡੀ ਇੱਕ ਛੋਟੀ ਗੱਡੀ ਗੁਰੂ ਨੇ ਕਿਸ ਤਰ੍ਹਾਂ ਕੱਢੀ ਹੋਣੀ ਹੈ। ਅਤੇ ਮੈਨੂੰ ਲੱਗਿਆ ਕਿ ਸ਼ਾਇਦ ਉਹ ਕਰਜ਼ ਹੈਗਾ ਜਿਹੜਾ ਕਿ ਅਸੀਂ ਚੁਕਾਉਣਾ ਹੈ। ਅਤੇ ਇਹੀ ਸਿਖਾਇਆ ਗਿਆ ਸਾਨੂੰ ਕਿ ਜਿਹੜਾ ਵੀ ਲੋੜਵੰਦ ਹੋਵੇ, ਜਿਹਦੀ ਵੀ ਤੁਸੀਂ ਮਦਦ ਕਰ ਸਕਦੇ ਹੈਗੇ ਹੋ, ਤੁਹਾਨੂੰ ਮਦਦ ਕਰਨੀ ਚਾਹੀਦੀ ਹੈਗੀ। ਇਹ ਫੈਮਿਲੀ ਵੀ ਗਵਾਲੀਅਰ ਜਾ ਰਹੀ ਹੈਗੀ, ਰਸਤੇ ਸ਼ਿਵਪੁਰੀ ਆਉਂਦਾ ਹੈਗਾ, ਉੱਥੇ ਛੱਡਣ ਦੇ ਬਜਾਏ ਅਸੀਂ ਸੋਚਿਆ ਕਿ ਇਹਨਾਂ ਨੂੰ ਇਹਨਾਂ ਦੇ ਸਥਾਨ ਤੱਕ ਹੀ ਪਹੁੰਚਾਉਣਾ ਉਹ ਜ਼ਿਆਦਾ ਉਚਿਤ ਰਹੇਗਾ। ਤਕਰੀਬਨ 100 ਕਿਲੋਮੀਟਰ ਦਾ ਰਸਤਾ ਹੈ, 2 ਘੰਟੇ ਦਾ ਸਫ਼ਰ ਹੈਗਾ। ਗੱਡੀ ਅਸੀਂ ਇਹਨਾਂ ਦੀ ਆਪਣੀ ਗੱਡੀ ਨਾਲ ਟੋਅ ਕੀਤੀ ਹੋਈ ਹੈ, ਉਸ ਤੋਂ ਪਿੱਛੇ ਸਾਡੀ ਗੱਡੀ ਚੱਲ ਰਹੀ ਹੈਗੀ। ਚੱਲ ਪਿਆ ਲੈ ਨਾਲ ਭਾਈ ਮਰਦਾਨਾ, ਬਾਬਾ ਕਰਨ ਉਦਾਸੀ ਚੱਲ ਪਿਆ। ਦੋਨਾਂ ਗੱਡੀਆਂ ਦੇ ਵਿਚਕਾਰ ਇੱਕ ਹਿਫਾਜ਼ਤ ਦੇ ਨਾਲ ਅਸੀਂ ਇਹ ਗੱਡੀ ਟੋਅ ਕਰਕੇ ਲਿਜਾ ਰਹੇ ਹੈਗੇ ਹਾਂ। ਚੱਲ ਪਿਆ ਗੁਰੂ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਅਤੇ ਘੱਟ ਲਗਵਾ ਨੂੰ ਇਸ ਤਰ੍ਹਾਂ ਦੀ ਸੇਵਾ ਦਾ ਮੌਕਾ ਮਿਲਦਾ ਹੈ। ਜਿਹਨੂੰ ਵੀ ਅਗਰ ਇਸ ਤਰ੍ਹਾਂ ਦਾ ਕੋਈ ਮੌਕਾ ਮਿਲੇ ਕਿਸੇ ਦੀ ਸੇਵਾ ਕਰਨ ਦਾ, ਤਾਂ ਉਹ ਛੱਡਣਾ ਨਹੀਂ। ਇਹ ਗੁਰੂ ਦਾ ਸੰਦੇਸ਼ ਹੈ, ਅਤੇ ਮੈਨੂੰ ਲੱਗਦਾ ਕਿ 550 ਸਾਲਾਂ 'ਤੇ ਅਗਰ ਅਸੀਂ ਛੋਟੀ ਛੋਟੀ ਗੱਲਾਂ ਨੂੰ ਅਗਰ ਸਮਝ ਸਕੀਏ, ਅਤੇ ਕਿਸੇ ਦੀ ਮਦਦ ਕਰ ਸਕੀਏ, ਜਾਂ ਕੋਈ ਵੈਸਾ ਕੰਮ ਕਰ ਸਕੀਏ ਜਿਹੜਾ ਸਾਡੇ ਗੁਰੂ ਨੇ ਦੱਸਿਆ, ਤਾਂ ਇਸ ਤੋਂ ਵਧੀਆ ਕੋਈ ਟ੍ਰਿਬਿਊਟ ਨਹੀਂ ਹੋ ਸਕਦਾ। ਜਿਨ੍ਹਾਂ ਲੋਕਾਂ ਦੀ ਗੱਡੀ ਖਰਾਬ ਹੋਈ ਸੀ ਅਤੇ ਅਸੀਂ ਉਹਨੂੰ ਟੋਅ ਕਰਕੇ ਲੈ ਕੇ ਆ ਰਹੇ ਸੀਗੇ, ਉਹ ਹੁੰਡਈ ਦੀ ਗੱਡੀ ਸੀ, ਅਤੇ ਅਸੀਂ ਜਾ ਰਹੇ ਸੀ ਗਵਾਲੀਅਰ ਗੁਰਦੁਆਰਾ ਸਾਹਿਬ। ਕੁਦਰਤ ਜਿਸ ਵਕਤ ਕਿਸੇ ਦਾ ਸਾਥ ਦਿੰਦੀ ਹੈ ਤਾਂ ਇਸ ਤਰ੍ਹਾਂ ਹੀ ਹੁੰਦਾ ਹੈਗਾ। ਉਹ ਸ਼ੋਰੂਮ ਗੁਰਦੁਆਰਾ ਸਾਹਿਬ ਦੇ ਰਸਤੇ 'ਚ ਹੀ ਸੀਗਾ, ਗੁਰਦੁਆਰਾ ਸਾਹਿਬ ਤੋਂ ਤਕਰੀਬਨ 6 ਕਿਲੋਮੀਟਰ ਪਹਿਲੇ। ਅਮੂਮਨ ਇਸ ਤਰ੍ਹਾਂ ਹੁੰਦਾ ਕਿ ਜਿਹੜੇ ਸ਼ੋਰੂਮ ਹੁੰਦੇ ਨੇ ਉਹ ਗੱਡੀਆਂ ਦੇ ਉਹਨਾਂ ਦੇ ਸਰਵਿਸ ਸੈਂਟਰ ਸ਼ਹਿਰ ਤੋਂ ਬਾਹਰ ਹੁੰਦੇ ਨੇ, ਪਰ ਇਤਫਾਕਨ ਸੀਗਾ ਕਿ ਉਹ ਹੁੰਡਈ ਦਾ ਸ਼ੋਰੂਮ ਅਤੇ ਸਰਵਿਸ ਸੈਂਟਰ ਦੋਨੋਂ ਨਾਲ ਸੀਗੇ। ਅਸੀਂ ਉਹਨਾਂ ਨੂੰ ਛੱਡਿਆ ਉੱਥੇ, ਉਹਨਾਂ ਨੇ ਬਹੁਤ ਥੈਂਕਸ ਅਤੇ ਬੜੀ ਅਸੀਸਾਂ ਸਾਨੂੰ ਦਿੱਤੀਆਂ। ਉਹਨਾਂ ਨੇ ਸਾਡੇ ਕੋਲ ਸਾਡਾ ਨੰਬਰ ਵੀ ਲਿਆ, ਅਸੀਂ ਮੈਂ ਉਹਨਾਂ ਨੂੰ ਕਾਰਡ ਵੀ ਦਿੱਤਾ, ਅਤੇ ਮੈਂ ਉਹਨਾਂ ਦਾ ਨਾਂ ਤੱਕ ਵੀ ਨਹੀਂ ਪੁੱਛਿਆ। ਹੁਣ ਅਸੀਂ ਚੱਲ ਪਏ ਅੱਗੇ ਜਾਣ ਵਾਸਤੇ, ਅਤੇ ਮੈਨੂੰ ਰਹਿ ਰਿਹਾ ਕਿ ਉਹ ਗੱਲ ਯਾਦ ਆਉਂਦੀ ਹੈ, ਬਜ਼ੁਰਗ ਜਿਸ ਵਕਤ ਕਹਿੰਦੇ ਸੀਗੇ ਨੇਕੀ ਕਰ ਦਰਿਆ ਮੇ ਡਾਲ। ਸਾਡਾ ਫਰਜ਼ ਸੀ ਕਿਸੇ ਦੀ ਮਦਦ ਕਰਨਾ, ਅਸੀਂ ਉਹਨਾਂ ਦੀ ਮਦਦ ਕੀਤੀ, ਅਤੇ ਹੁਣ ਅਸੀਂ ਅੱਗੇ ਚੱਲ ਪਏ ਹਾਂ। ਹੋਰ ਸਾਨੂੰ ਇਸ ਤਰ੍ਹਾਂ ਦਾ ਕੋਈ ਬੰਦਾ ਅਗਰ ਹੋਰ ਵੀ ਮਿਲੇਗਾ, ਅਸੀਂ ਫਿਰ ਉਹਨਾਂ ਦੀ ਵੀ ਮਦਦ ਕਰਾਂਗੇ, ਇਸ ਅੱਗੇ ਚੱਲਦੇ ਜਾਵਾਂਗੇ। ਗੁਰੂ ਨਾਨਕ ਦੇਵ ਜੀ ਦਾ ਹੀ ਸੰਦੇਸ਼ ਸੀਗਾ ਇਨਸਾਨਾਂ ਦੀ ਸੇਵਾ ਕਰਨਾ ਅਤੇ ਇੱਕ ਨਿਰੰਕਾਰ ਨੂੰ ਉਹਦੀ ਪੂਜਾ ਕਰਨਾ। ਇਨਸਾਨ ਰੂਪੀ ਰੱਬ ਜਿਹੜਾ ਵੀ ਕਦੀ ਮੁਸ਼ਕਿਲ 'ਚ ਹੋਏ ਉਹਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ, ਅਤੇ ਖਾਸ ਤੌਰ 'ਤੇ ਜਿਸ ਵਕਤ ਉਹ ਫੈਮਿਲੀ ਦੇ ਬੱਚਿਆਂ ਦੇ ਨਾਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਸਿਰ ਦੇ ਉੱਤੇ ਤੇਰਾ ਹੱਥ ਪਿਆ, ਜਿਸ ਸਿਰ ਦੇ ਉੱਤੇ ਤੇਰਾ ਹੱਥ ਪਿਆ, ਉਹਦੇ ਸਿਰ ਤੋਂ ਹਰ ਦੁੱਖ ਟਲ ਗਿਆ। ਲੈ ਨਾਲ ਭਾਈ ਮਰਦਾਨਾ, ਬਾਬਾ ਕਰਨ ਉਦਾਸੀ ਚੱਲ ਪਿਆ। ਲੈ ਨਾਲ ਭਾਈ ਮਰਦਾਨਾ, ਬਾਬਾ ਕਰਨ ਉਦਾਸੀ ਚੱਲ ਪਿਆ। ਲੈ ਨਾਲ ਭਾਈ ਮਰਦਾਨਾ, ਬਾਬਾ ਕਰਨ ਉਦਾਸੀ ਚੱਲ ਪਿਆ।
ਸ਼ਿਵਪੁਰੀ ਤੋਂ 2.5 ਘੰਟੇ ਦੀ ਯਾਤਰਾ ਕਰਨ ਤੋਂ ਉਪਰੰਤ ਹੁਣ ਅਸੀਂ ਆ ਪੁੱਜੇ ਹਾਂ ਗਵਾਲੀਅਰ, ਜਿਸ ਸਥਾਨ 'ਤੇ ਅਸੀਂ ਖਲੋਤੇ ਹੈਗੇ ਹਾਂ ਇਹਦਾ ਨਾਂ ਹੈ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਫੂਲਬਾਗ ਬਗਲਾ। ਇਹ ਸਥਾਨ ਇਤਿਹਾਸਿਕ ਹੈ ਕਿ ਨਹੀਂ, ਇਹਦੇ ਬਾਰੇ 'ਚ ਕੋਈ ਪਰੋਕਸ਼ ਪ੍ਰਮਾਣ ਇੱਥੇ ਨਹੀਂ ਮਿਲਦਾ, ਲੇਕਿਨ ਇਤਿਹਾਸਕਾਰਾਂ ਨੇ ਕਿਹਾ ਹੈਗਾ ਕਿ ਗੁਰੂ ਨਾਨਕ ਦੇਵ ਜੀ ਗਵਾਲੀਅਰ ਜਿਸ ਵਕਤ ਆਏ ਸੀ ਅਤੇ ਇਸ ਰਸਤੇ ਤੋਂ ਹੋ ਕੇ ਗੁਜ਼ਰੇ ਸੀਗੇ, ਅਤੇ ਹੋ ਸਕਦਾ ਹੈ ਉਹ ਇਹ ਸਥਾਨ ਹੋਵੇ। ਕਾਗੋ ਹੰਸ ਕਰੇ ਕਿਆ ਹੰਸ ਕਿਆ ਬਗਲਾ, ਜਾ ਕੋ ਨਦਰ ਕਰੇ ਕਿਆ ਹੰਸ ਕਿਆ ਬਗਲਾ। ਇੱਥੇ ਆ ਕੇ ਪਤਾ ਲੱਗਿਆ ਕਿ ਤਕਰੀਬਨ 100 ਸਾਲ ਪਹਿਲੇ ਇਹ ਸਥਾਨ ਦੀ ਜਿਹੜੀ ਜਗ੍ਹਾ ਹੈ ਉਹ ਸਿੰਧੀਆ ਪਰਿਵਾਰ, ਜਿਹੜਾ ਮਹਾਰਾਜਾ ਸਿੰਧੀਆ ਹੈਗੇ ਉਹਨਾਂ ਦੇ ਪਰਿਵਾਰ ਵੱਲੋਂ ਦਿੱਤੀ ਗਈ ਸੀਗੀ। ਇਸ ਸਥਾਨ 'ਤੇ ਗੁਰਦੁਆਰਾ ਸਾਹਿਬ ਹੈ, ਬਹੁਤ ਸੋਹਣਾ, ਛੋਟਾ ਜਿਹਾ ਅਤੇ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੈਗਾ। ਜਾ ਕੋ ਨਦਰ ਕਰੇ ਜੋ ਤਿਸ ਪਾਵੇ ਨਾਨਕਾ, ਆਓ ਅੰਦਰ ਜਾ ਕੇ ਇਹਦੇ ਦਰਸ਼ਨ ਕਰਨੇ ਹੈਗੇ ਆ ਅਤੇ ਤੁਹਾਨੂੰ ਵੀ ਕਰਾਉਣੇ ਆ। ਇਸ ਪਾਵੇ ਨਾਨਕਾ ਕਾਗੋ ਹੰਸ ਕਰੇ, ਕਾਗੋ ਹੰਸ ਕਰੇ। ਗੁਰੂ ਨਾਨਕ ਦੇਵ ਜੀ ਫੂਲਬਾਗ, ਜਾ ਕੋ ਨਦਰ ਕਰੇ ਕਿਆ ਹੰਸ ਕਿਆ ਬਗਲਾ, ਜਾ ਕੋ ਨਦਰ ਕਰੇ ਕਿਆ ਹੰਸ ਕਿਆ ਬਗਲਾ, ਜਾ ਕੋ ਨਦਰ ਕਰੇ। ਇਹ ਕਿਤਨਾ ਪੁਰਾਣਾ ਹੈ ਇਹ ਤੁਸੀਂ ਇਹਦਾ ਸਟਰਕਚਰ ਵੇਖ ਕੇ ਹੀ ਦੇਖ ਸਕਦੇ ਹੋ। ਜਾ ਕੋ ਨਦਰ ਕਰੇ ਜੋ ਤਿਸ ਪਾਵੇ ਨਾਨਕਾ, ਜੋ ਤਿਸ ਪਾਵੇ ਨਾਨਕਾ ਕਾਗੋ ਹੰਸ ਕਰੇ, ਕਾਗੋ ਹੰਸ ਕਰੇ। ਗੁਰਦੁਆਰਾ ਸਾਹਿਬ ਦੇ ਪੁਰਾਤਨ ਹੋਣ ਦਾ ਸਬੂਤ ਇਸ ਗੁਰਦੁਆਰੇ ਦੀ ਬਿਲਡਿੰਗ ਨੂੰ ਦੇਖ ਕੇ ਸਾਫ਼ ਤਰੀਕੇ ਨਾਲ ਲਗਾਇਆ ਜਾ ਸਕਦਾ ਹੈਗਾ। ਕਿਆ ਹੰਸ ਕਿਆ ਬਗਲਾ, ਜਾ ਕੋ ਨਦਰ ਕਰੇ। ਜਿਸ ਤਰੀਕੇ ਨਾਲ ਇਸ ਗੁਰਦੁਆਰਾ ਸਾਹਿਬ ਦਾ ਐਕਸਟੀਰੀਅਰ ਹੋਇਆ ਹੋਇਆ ਹੈਗਾ ਉਹ ਸਾਫ਼ ਦਰਸਾਉਂਦਾ ਹੈਗਾ ਕਿ ਗੁਰਦੁਆਰਾ ਸਾਹਿਬ ਕਿੰਨਾ ਪੁਰਾਣਾ ਹੈਗਾ। ਵਾਹਿਗੁਰੂ 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 ਵਾਹਿਗੁਰੂ। ਤਕਰੀਬਨ 100 ਸਾਲ ਪਹਿਲੇ ਬਣਿਆ ਹੋਇਆ ਹੈ ਗੁਰਦੁਆਰਾ। ਅੰਦਰ ਜਾ ਕੇ ਇੱਕ ਅਜੀਬ ਤਰ੍ਹਾਂ ਦੀ ਸ਼ਾਂਤੀ, ਇੱਕ ਅਜੀਬ ਤਰ੍ਹਾਂ ਦੀ ਐਨਰਜੀ ਦਾ ਅਹਿਸਾਸ ਹੁੰਦਾ ਹੈਗਾ। ਅਸੀਂ ਜਿਸ ਵਕਤ ਅੰਦਰ ਸ਼ੂਟ ਕਰਨ ਗਏ ਇਕਦਮ ਸ਼ਾਂਤ ਮਾਹੌਲ ਸੀ। ਨਾਨਕ ਨਾਮ ਜਪਤ ਸੁਖ ਪਾਇਆ, ਨਾਨਕ ਬਿਲਕੁਲ ਪਿੰਡ ਆਫ ਸਾਇਲੈਂਸ, ਜਦਕਿ ਬਾਹਰ ਇੰਨਾ ਕੁਛ ਸ਼ੋਰ ਸ਼ਰਾਬਾ ਸੀਗਾ, ਉਸ ਦੇ ਬਾਵਜੂਦ ਇੱਕ ਅਜੀਬ ਤਰ੍ਹਾਂ ਦੀ ਸ਼ਾਂਤੀ ਦੇਖਣ ਨੂੰ ਮਿਲੀ। ਤੇਰੇ ਗੁਣ ਗਾਵਾਂ ਕਰ ਕਿਰਪਾ, ਤੇਰੇ ਗੁਣ ਗਾਵਾਂ। ਕਾਸ਼ ਇਤਿਹਾਸ ਕਦੀ ਇਸ ਚੀਜ਼ ਨੂੰ ਸਾਬਿਤ ਕਰ ਸਕੇ ਕਿ ਇਹ ਉਹ ਸਥਾਨ ਹੈ ਜਿੱਥੇ ਸੱਚੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੋਈ ਹੋਏਗੀ। ਕਰ ਕਿਰਪਾ ਤੇਰੇ ਗੁਣ ਗਾਵਾਂ, ਨਾਨਕ ਨਾਮ ਜਪਤ ਸੁਖ ਪਾਇਆ, ਨਾਨਕ ਨਾਮ ਜਪਤ ਸੁਖ ਪਾਇਆ। ਕਰ ਕਿਰਪਾ ਤੇਰੇ ਗੁਣ ਗਾਵਾਂ, 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 ਕਰ ਕਿਰਪਾ ਤੇਰੇ ਗੁਣ ਗਾਵਾਂ। ਨਾਨਕ ਨਾਮ ਜਪਤ ਸੁਖ ਪਾਇਆ, ਨਾਨਕ ਨਾਮ ਜਪਤ ਸੁਖ ਪਾਇਆ। ਕਰ ਕਿਰਪਾ ਤੇਰੇ ਗੁਣ ਗਾਵਾਂ, 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 ਕਰ ਕਿਰਪਾ ਸੁਖ ਪਾਇਆ, ਨਾਨਕ ਨਾਮ ਜਪਤ ਸੁਖ ਪਾਇਆ। ਕਰ ਕਿਰਪਾ ਤੇਰੇ ਗੁਣ ਗਾਵਾਂ, ਕਰ ਕਿਰਪਾ ਤੇਰੇ ਗੁਣ ਗਾਵਾਂ।
ਗਵਾਲੀਅਰ ਵਿੱਚ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਫੂਲਬਾਗ ਕਰਨ ਤੋਂ ਉਪਰੰਤ ਹੁਣ ਅਸੀਂ ਆ ਪੁੱਜੇ ਹੈਗੇ ਹਾਂ ਗੁਰਦੁਆਰਾ ਬੰਦੀ ਛੋੜ। ਇਹ ਉਹ ਸਥਾਨ ਹੈ ਜਿਹੜਾ ਕਿ ਇਤਿਹਾਸਿਕ ਸਥਲ ਹੈਗਾ, ਮਹਾਰਾਜ ਦੇ ਇੱਥੇ ਛੇਵੀਂ ਪਾਤਸ਼ਾਹੀ ਦੇ ਇੱਥੇ ਗੁਰਦੁਆਰਾ ਹੈਗਾ, ਬਹੁਤ ਹੀ ਸੋਹਣਾ ਗੁਰਦੁਆਰਾ, ਬਹੁਤ ਭਵ ਗੁਰਦੁਆਰਾ ਬਣਿਆ ਹੋਇਆ ਹੈਗਾ। ਜਿਹੜੀ ਅਸੀਂ ਦੀਪਾਵਲੀ ਮਨਾਉਂਦੇ ਹੈਗੇ ਹਾਂ, ਉਹ ਦੀਵਾਲੀ ਜਿਹਨੂੰ ਆਪਾਂ ਕਹਿੰਦੇ ਹੈਗੇ ਹਾਂ, ਉਹਦਾ ਇਤਿਹਾਸਿਕ ਸੰਬੰਧ ਇਸ ਗੁਰਦੁਆਰੇ ਨਾਲ ਹੈਗਾ। ਇਸ ਵਕਤ ਹੁਣ ਰਾਤ ਹੋ ਚੁੱਕੀ ਹੈ, ਸਵੇਰੇ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦਾ ਪੂਰਾ ਇਤਿਹਾਸ ਦੱਸਾਂਗੇ ਅਤੇ ਪੂਰੇ ਖੁੱਲ੍ਹੇ ਦਰਸ਼ਨ ਕਰਾਵਾਂਗੇ। ਤਦ ਤੱਕ ਤੁਸੀਂ ਵੇਖਦੇ ਰਹੋ ਟਰਬਨ ਟ੍ਰੈਵਲਰ ਦੀ ਸਪਿਰਚੁਅਲ ਜਰਨੀ ਔਨ PTC ਨੈਟਵਰਕ। ਛੱਡੀ ਨਾ ਕਦੇ ਮੇਰੀ ਬਾਬਾ ਨਾਨਕ, ਬਖਸ਼ ਦੇਵੀ ਮੇਰੇ, ਬਖਸ਼ ਦੇਵੀ ਮੇਰੇ, ਬਖਸ਼ ਦੇਵੀ ਮੇਰੇ, ਤੂੰ ਗੁਨਾ ਬਾਬਾ ਨਾਨਕ। ਛੱਡੀ ਨਾ ਕਦੇ ਮੇਰੀ ਬਾਬਾ ਨਾਨਕ।